ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਐਂਡ ਇਨਫੋ ਜੀ ਤੁਹਾਡਾ ਸਵਾਗਤ ਹੈ ਤੁਸੀਂ ਆਪਣੀ ਸਕਰੀਨ ਉੱਤੇ ਹੁਣ ਗ੍ਰਾਮ ਸੇਵਕ ਦਾ ਜਿਹੜਾ ਆਫੀਸ਼ੀਅਲ ਨੋਟੀਫਿਕੇਸ਼ਨ ਹੈ ਉਹ ਦੇਖ ਸਕਦੇ ਹੋ ਇਹ ਫੁੱਲ ਨੋਟੀਫਿਕੇਸ਼ਨ ਹੈ ਠੀਕ ਹੈ ਜਿਵੇਂ ਰਾਤ ਕੱਲ ਥੋੜੇ ਜਿਹੇ ਪੇਜ ਆਏ ਸੀ ਉਸ ਤੋਂ ਬਾਅਦ ਇਹ ਫੁੱਲ ਨੋਟੀਫਿਕੇਸ਼ਨ ਆ ਗਿਆ ਸੀ ਫੁੱਲ ਨੋਟੀਫਿਕੇਸ਼ਨ ਹੈ ਆਪਾਂ ਇਸ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਕੀ ਕੀ ਡਾਊਟ ਹੈ ਸਭ ਤੋਂ ਪਹਿਲਾਂ ਤੁਹਾਨੂੰ ਸਿਲੇਬਸ ਨਹੀਂ ਪਤਾ ਲੱਗ ਰਿਹਾ ਹੋਣਾ ਕਿਸ ਦਾ ਸਿਲੇਬਸ ਕੀ ਹੋਵੇਗਾ ਮੈਂ ਤੁਹਾਨੂੰ ਸਾਰਾ ਸਿਲੇਬਸ ਵੀ ਦੱਸਾਂਗਾ ਠੀਕ ਹੈ ਉਸ ਤੋਂ ਬਾਅਦ ਸਭ ਤੋਂ ਜ਼ਰੂਰੀ ਗੱਲ ਹੈ ਜਿਹੜੀ ਤੁਸੀਂ ਕੀ ਕਿਹੜੇ-ਕਿਹੜੇ ਇਸ ਨੂੰ ਅਪਲਾਈ ਕਰ ਸਕਦੇ ਹਨ ਆਈਐਸਓ ਵਾਲੇ ਅਪਲਾਈ ਕਰ ਸਕਦੇ ਹਨ ਕੰਪਿਊਟਰ ਦਾ ਕਿਹੜਾ ਸਰਟੀਫਿਕੇਟ ਚੱਲੇਗਾ ਇਹ ਸਾਰੀਆਂ ਗੱਲਾਂ ਤੁਹਾਨੂੰ ਸਾਰਾ ਕੁਝ ਦੱਸਾਂਗਾ ਪੂਰੀ ਵੀਡੀਓ ਧਿਆਨ ਨਾਲ ਦੇਖਿਓ ਇਸ ਤੋਂ ਇਲਾਵਾ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕਲਰਕ ਦੀਆਂ ਵੀ ਪੋਸਟਾਂ ਆਈਆਂ ਹੋਈਆਂ ਹਨ ਕਲਰਕ ਦੀਆਂ 971 ਪੋਸਟਾਂ ਹਨ ਉਹ ਵੀ ਆਪਾਂ ਥੋੜਾ ਜਿਹਾ ਡਿਸਕਸ ਕਰਾਂਗੇ ਪੂਰੀ ਵੀਡੀਓ ਧਿਆਨ ਨਾਲ ਦੇਖਿਓ ਸਾਰਾ ਸਿਲੇਬਸ ਤੁਹਾਨੂੰ ਦੱਸਾਂਗਾ ਕਿਵੇਂ ਤੁਸੀਂ ਕਿੱਥੇ-ਕਿੱਥੇ ਤਿਆਰੀ ਕਰ ਸਕਦੇ ਹੋ ਸਾਰਾ ਸਿਲੇਬਸ ਤੁਹਾਨੂੰ ਜਿਹੜਾ ਪੂਰੀ ਡਿਟੇਲ ਵਿੱਚ ਦੇਖਣ ਨੂੰ ਮਿਲੇਗਾ ਠੀਕ ਹੈ ਸਭ ਤੋਂ ਪਹਿਲਾਂ ਕੱਲ ਤੋਂ ਹੀ ਅਪਲਾਈ ਹੋਣੀ ਸ਼ੁਰੂ ਹੋ ਚੁੱਕੀ ਹੈ ਟੈਲੀਗ੍ਰam ਤੇ ਆਪਾਂ ਨੇ ਨੋਟੀਫਿਕੇਸ਼ਨ ਜਿਹੜਾ ਸ਼ੇਅਰ ਕਰ ਦਿੱਤਾ ਸੀਗਾ ਟੈਲੀਗ੍ਰam ਤੇ ਆਪਾਂ ਨੇ ਲਿੰਕ ਵੀ ਸ਼ੇਅਰ ਕਰ ਦਿੱਤਾ ਸੀਗਾ ਲਿੰਕ ਤੁਸੀਂ ਟੈਲੀਗ੍ਰam ਤੋਂ ਜਾ ਕੇ ਦੇਖ ਸਕਦੇ ਹੋ ਠੀਕ ਹੈ ਜਾਂ ਫਿਰ ਪੀਪੀ ਪੀਟੀ ਪਲੱਸ ਵੀ ਦੀ ਅਫੀਸ਼ੀਅਲ ਸਾਈਟ ਹੈਡੀ ਉੱਥੇ ਵੀ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਇਹ 27 6 ਤੱਕ ਜਿਹੜਾ ਸ਼ਾਮ ਤੁਸੀਂ ਅਪਲਾਈ ਕਰ ਸਕਦੇ ਹੋ ਫੀਸ ਭਰਨ ਦੀ ਤਰੀਕ ਜਿਹੜੀ 36 ਹੈ ਕਿ ਆਪਾਂ ਮੇਨ ਮੇਨ ਗੱਲਾਂ ਕਰਾਂਗੇ ਜ਼ਿਆਦਾ ਸਵਿਚ ਨਹੀਂ ਦੇਖਾਂਗੇ ਦੇਖ ਸਕਦੇ ਹੋ ਤੁਸੀਂ ਵੀਡੀਓ ਦੇਖਣ ਨੂੰ ਹੀ ਬਹੁਤ ਵਧੀਆ ਲੱਗਦਾ ਹੈ ਇਸ ਦਾ ਜਿਹੜਾ ਨਾਮ ਹੈ ਵੀਡੀਓ ਠੀਕ ਹੈ ਜਿਵੇਂ ਪਿੰਡਾਂ ਵਿੱਚ ਆਮ ਸੁਣਨ ਨੂੰ ਮਿਲਦਾ ਸੀ ਵੀਡੀਓ ਆ ਗਿਆ ਇਸ ਕਰਕੇ ਵਧੀਆ ਭਰਤੀ ਹੈ ਤੁਸੀਂ ਮਤਲਬ ਕਿ ਇਸ ਨੂੰ ਇਹ ਨਾ ਸਮਝਿਓ ਕਿ ਕੋਈ ਇਦਾਂ ਦੀ ਭਰਤੀ ਹੈ 1990 ਦੇਖੋ ਤੁਹਾਡਾ ਪੇ ਸਕੇਲ ਹੈ ਵਧੀਆ ਕਲਰਕ ਦੇ ਲੈਵਲ ਦਾ ਪੇ ਸਕੇਲ ਹੈ ਠੀਕ ਹੈ ਅੱਗੇ ਦੇਖੋ ਸਭ ਤੋਂ ਜ਼ਰੂਰੀ ਗੱਲ ਜਿਹੜੀ ਹੁਣ ਤੁਸਨ ਤੋਂ ਉਲਝ ਰਹੇ ਹੋ ਜਿਸ ਵਿੱਚ ਕੁਆਲਿਫਿਕੇਸ਼ਨ ਕੁਆਲਿਫਿਕੇਸ਼ਨ ਹੈ ਜਿਹੜੀ ਇਸ ਵਿੱਚ ਸਭ ਤੋਂ ਪਹਿਲੀ ਗੱਲ ਤਾਂ میٹرਿਕ ਪੰਜਾਬੀ ਤੁਹਾਨੂੰ ਪਤਾ ਹੀ ਹੈ ਸੈਕੰ ਤੁਸ ਤੁਹਾਡੇ +2 ਵਿੱਚ ਜਿਹੜੀ ਸੈਕੰਡ ਡਿਵੀਜ਼ਨ ਹੋਣੀ ਚਾਹੀਦੀ ਹੈ ਠੀਕ ਹੈ ਜੇਕਰ ਤੁਹਾਡੀ +2 ਵਿੱਚ ਸੈਕੰਡ ਡਿਵੀਜ਼ਨ ਨਹੀਂ ਹੈ ਤਾਂ ਤੁਸੀਂ ਇਸ ਨੂੰ ਅਪਲਾਈ ਨਹੀਂ ਕਰ ਸਕੋਗੇ ਇਹ ਗੱਲ ਅੱਗੇ ਦੇਖੋ ਹੁਣ ਕੌਣ-ਕੌਣ ਅਪਲਾਈ ਕਰ ਸਕਦਾ ਸਭ ਤੋਂ ਪਹਿਲੀ ਗੱਲ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਕਿਸੇ ਵੀ ਸਟਰੀਮ ਚ ਕੀਤੀ ਹੋਵੇ ਚਾਹੇ ਤੁਸੀਂ ਬੀਏ ਬੀਬੀਏ ਬੀਸੀਏ ਬੀਟਾ ਕੁਝ ਵੀ ਕੀਤਾ ਹੋਵੇ ਤਾਂ ਤੁਸੀਂ ਇਸ ਨੂੰ ਅਪਲਾਈ ਕਰੋਗੇ ਪਲੱਸ 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 ਕੀ ਇਸ ਦੇ ਨਾਲ ਉਹ 1 ਸਾਲ ਦਾ ਜਿਹੜਾ ਤੁਹਾਡਾ ਕੰਪਿਊਟਰ ਦਾ ਜਿਹੜਾ ਡਿਪਲੋਮਾ ਕੀਤਾ ਹੋਣਾ ਚਾਹੀਦਾ ਹੁਣ ਇੱਥੇ ਬਹੁਤ ਹੀ ਓਰੀਜਨਲ ਵਾਲੀ ਗੱਲ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਜਿਵੇਂ ਕਿ ਬੀ BSc IT ਹੋ ਗਿਆ ਜਾਂ ਫਿਰ ਕੋਈ ਹੋਰ ਇਸ ਤਰ੍ਹਾਂ ਦਾ ਕੋਰਸ ਜਿਹੜਾ ਕਿ ਟੋਟਲੀ ਕੰਪਿਊਟਰ ਤੇ ਡਿਪੈਂਡ ਹੈ ਉਹਨਾਂ ਨੂੰ ਕੋਈ 1 ਸਾਲ ਦਾ ਐਕਸਟਰਾ ਡਿਪਲੋਮਾ ਕਰਨ ਦੀ ਜਰੂਰਤ ਨਹੀਂ ਉਹ ਇਸ ਨੂੰ ਅਪਲਾਈ ਕਰ ਸਕਣਗੇ ਠੀਕ ਹੈ ਠੀਕ ਹੈ ਇਕਲ ਹੋ ਗਈ ਹੁਣ ਨੰਬਰ ਦੂਜੀ ਗੱਲ ਜਿਨ੍ਹਾਂ ਕੋਲ ਜਿਵੇਂ ਕਿ BA BBA ਜਾਂ ਕੁਝ ਵੀ ਹੋਰ ਹੈ BCom ਵਗੈਰਾ ਉਹ ਇਸ ਨੂੰ ਅਪਲਾਈ ਕਰਨ ਲਈ ਉਹਨਾਂ ਕੋਲ 1 ਸਾਲ ਦਾ ਜਿਹੜਾ ਕੰਪਿਊਟਰ ਦਾ ਡਿਪਲੋਮਾ ਹੋਣਾ ਬਹੁਤ ਲਾਜ਼ਮੀ ਹੈ ਕੰਪਿਊਟਰ ਦਾ ਡਿਪਲੋਮਾ ਜਿਹੜਾ ਇਸ ਕਿੱਥੇ ਦਾ ਹੋਣਾ ਚਾਹੀਦਾ ਇਹ ਗਵਰਨਮੈਂਟ ਰੈਕੋਗਨਾਈਜ਼ਡ ਠੀਕ ਹੈ ਜਿਹੜਾ ਇਹ ਰੈਕੋਗਨਾਈਜ਼ਡ ਇੰਸਟੀਚਿਊਸ਼ਨ ਲਿਖਿਆ ਹੋਇਆ ਹੈ ਇੱਥੇ ਗਵਰਨਮੈਂਟ ਰੈਕੋਗਨਾਈਜ਼ਡ ਇੰਸਟੀਚਿਊਸ਼ਨ ਹੈ ਜੇਕਰ ਤੁਸੀਂ ਸੋਚੋਗੇ ਇੱਥੇ ਜਿਹੜੇ ਆਈਐਸਓ ਵਾਲੇ ਆਪਾਂ ਉਹ ਨਹੀਂ ਅਪਲਾਈ ਕਰ ਸਕਦੇ ਠੀਕ ਹੈ ਆਈਐਸਓ ਭੁੱਲ ਜਾਓ ਚਾਹੇ ਤੁਸੀਂ ਆਈਐਸਓ ਦਾ ਕੋਈ 1 ਸਾਲ ਦਾ ਚਾਹੇ 2 ਸਾਲ ਦਾ ਚਾਹੇ 3 ਸਾਲ ਦਾ ਬਣਾਇਆ ਹੋਵੇ ਕਿਉਂ ਨਾ ਹੋਵੇ ਡੀਸੀਏ ਜਾਂ ਕੁਝ ਵੀ ਉਹ ਇੱਥੇ ਅਪਲਾਈ ਨਹੀਂ ਹੋਵੇਗਾ ਉਹ ਇਸ ਵਿੱਚ ਬੇਫਜ਼ੂਲ ਆਪਣੇ ਪੈਸੇ ਬਰਬਾਦ ਨਾ ਕਰਿਓ ਕਿਉਂਕਿ ਇਹ ਜਿਹੜੀ ਪੰਚਾਇਤ ਸੈਕਟ ਉਸੇ ਨੂੰ ਹੀ ਸੋਧ ਕੇ ਜਿਹੜਾ ਇਹ ਬਣਾਇਆ ਗਿਆ ਹੈ ਗ੍ਰਾਮ ਸੇਵਕ ਠੀਕ ਹੈ ਪੰਚਾਇਤ ਸੈਕਟਰੀ ਉੱਤੇ 2016 ਦੀ ਭਰਤੀ ਹੋਈ ਸੀ ਸੇਮ ਇਸੇ ਗੱਲ ਉੱਤੇ ਬਹੁਤ ਸਾਰੇ ਆਈਐਸਓ ਕੈਂਡੀਡੇਟ ਨੇ ਅਪਲਾਈ ਕਰਤਾ ਸੀ ਉਸ ਪਿੱਛੇ ਫਿਰ ਜਿਹੜਾ ਕੇਸ ਹੋਇਆ ਸੀ ਉਸ ਤੋਂ ਬਾਅਦ ਜਿਹੜੀ ਉਹਦੀ ਜੱਜਮੈਂਟ ਆਈ ਸੀ ਉਹ ਜੱਜਮੈਂਟ ਵਿੱਚ ਇਹੀ ਕਲੀਅਰ ਕਰ ਦਿੱਤਾ ਗਿਆ ਸੀ ਕਿ ਆਈਐਸਓ ਇਸ ਦੇ ਲਈ ਵੈਲਿਡ ਨਹੀਂ ਹੈ ਕਿਉਂਕਿ ਇਹਨਾਂ ਨੇ ਆਪਣੇ ਜਿਹੜੇ ਰੂਲ ਹੈ ਉਹਨਾਂ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਇੱਕ ਸਾਲ ਦਾ ਜਿਹੜਾ ਰੈਕੋਗਨਾਈਜ਼ਡ ਇੰਸਟੀਟਿਊਸ਼ਨ ਹੈ ਉੱਥੇ ਗਵਰਨਮੈਂਟ ਰੈਕੋਗਨਾਈਜ਼ਡ ਪਾਇਆ ਹੋਇਆ ਹੈ ਇਹਨਾਂ ਇਹ ਜਿਹੜਾ ਮੰਨਣਗੇ ਜਿਵੇਂ ਕਿ ਪੀਜੀਡੀਸੀ ਕੀਤੀ ਹੋਵੇ ਤੁਸੀਂ ਕਿਸੇ ਵੀ ਇੰਸਟੀਚਿਊਟ ਤੋਂ ਪੀਜੀਡੀਸੀ ਕੀਤੀ ਹੋਵੇ ਇਸ ਤੋਂ ਇਲਾਵਾ ਪੀਜੀਡੀਸੀ ਤੋਂ ਇਲਾਵਾ ਤੁਸੀਂ ਡੀਸੀਏ ਜਿਹੜਾ ਉਹ ਕਿਸੇ ਯੂਨੀਵਰਸਿਟੀ ਜਿਵੇਂ ਕਿ ਪਟਿਆਲਾ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਐਵੇਂ ਜਾਂ ਕੋਈ ਚਾਹੇ ਪ੍ਰਾਈਵੇਟ ਯੂਨੀਵਰਸਿਟੀ ਵੀ ਹੋਵੇ ਪਰ ਯੂਨੀਵਰਸਿਟੀ ਤੋਂ ਕੀਤਾ ਹੋਵੇ ਆਈਐਸਓ ਟੈਪ ਜਾਂ ਕੁਝ ਐਦਾਂ ਨਹੀਂ ਚੱਲੇਗਾ ਇੱਥੇ ਜਿਹੜੇ ਡੋਏਕ ਵਗੈਰਾ ਤੋਂ ਕੀਤੇ ਹੁੰਦੇ ਆ ਉਹ ਅਪਲਾਈ ਕਰ ਸਕਦੇ ਆ ਉਹਨਾਂ ਦੇ ਵੈਲਿਡ ਹੋ ਜਾਣਗੇ ਠੀਕ ਹੈ ਆਈਐਸਓ ਵਾਲਾ ਇਸ ਵਿੱਚ ਨਾ ਪਓ ਹੁਣ ਅੱਗੇ ਕੀ ਗੱਲ ਹੈ ਬੀਕਾਮ ਵਾਲਿਆਂ ਲਈ ਇੱਥੇ ਦੱਸ ਦਵਾਂ ਬੀਕਾਮ ਵਾਲਿਆਂ ਨੂੰ 5 ਨੰਬਰ ਐਕਸਟਰਾ ਮਿਲਣਗੇ ਪਰ ਉਹ ਤਾਂ ਮਿਲਣਗੇ ਜੇਕਰ ਤੁਹਾਡੇ ਕੋਲ 1 ਸਾਲ ਦਾ ਕੰਪਿਊਟਰ ਦਾ ਸਰਟੀਫਿਕੇਟ ਹੈ ਤਾਂ ਹੀ ਇਸ ਨੂੰ ਤੁਸੀਂ ਅਪਲਾਈ ਕਰ ਸਕੋਗੇ ਹੁਣ ਅੱਗੇ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਉੱਤੇ ਵੈਕੈਂਸੀਆਂ ਕਿੰਨੀਆਂ ਕਿੰਨੀਆਂ ਨੇ ਜਨਰਲ ਇਕਨੋਮਿਕਲ ਵੀਕਲ ਸੈਕਸ਼ਨ ਇਹ ਸਾਰੀ ਪੀਡੀਐਫ ਤੁਹਾਨੂੰ ਮਿਲ ਜਾਵੇਗੀ ਤੁਸੀਂ ਦੇਖ ਲਿਓ ਠੀਕ ਹੈ ਟੋਟਲ 792 ਵੈਕੈਂਸੀਆਂ ਨੇ ਠੀਕ ਹੈ ਇਸ ਵਿੱਚ ਹੋਰ ਕੁਝ ਦੱਸਣ ਵਾਲਾ ਨਹੀਂ ਹੈ ਤੁਹਾਨੂੰ ਪਤਾ ਹੀ ਹੈ ਇਸ ਦੁਆਰੇ ਸਾਰਾ ਕੁਝ ਇਸ ਤੋਂ ਇਲਾਵਾ ਜ਼ਰੂਰੀ ਗੱਲ ਕੀ ਹੈ ਉਮਰ ਸੀਮਾ ਉਮਰ ਸੀਮਾ ਜੀ ਮੈਂ ਤੁਹਾਨੂੰ ਪਤਾ ਹੀ ਹੈ ਮਿਨੀਮਮ ਏਜ ਹੈ ਜਿਹੜੀ 18 ਸਾਲ ਹੈ ਮੈਕਸਿਮਮ ਏਜ ਹੈ ਉਸ ਤੋਂ ਇਲਾਵਾ ਹੋਰ ਜਿਹੜੀ ਰਿਲੈਕਸੇਸ਼ਨ ਹੁੰਦੀ ਪੰਜ ਪੰਜ ਸਾਲ ਦੀ ਐਸਸੀਬੀਸੀ ਉਹ ਸੇਮ ਉਸੇ ਤਰ੍ਹਾਂ ਜਿਵੇਂ ਹੋਰ ਭਰਤੇ ਵਿੱਚ ਹੁੰਦੀ ਹੈ ਮਿਲੇਗੀ ਠੀਕ ਹੈ ਫੀਸ ਕਿਹੜੀ ਹੈ ਜਨਰਲ ਅਤੇ ਹੋਰ ਵਰਗਾਂ ਲਈ ਜਿਹੜੀ 1000 ਰੁਪਏ ਫੀਸ ਹੈ ਐਸਸੀਬੀਸੀ ਤੇ ਈਡਬਲਯੂਐਸ ਦੇ ਲਈ ਇੱਥੇ 250 ਰੁਪਏ ਹੈ ਸਾਬਕਾ ਫੌਜੀ ਅਤੇ ਉਹਨਾਂ ਦੇ ਆਸ਼ਿਰਤਾਂ ਦੇ ਲਈ ਇੱਥੇ 200 ਰੁਪਏ ਹੈ ਅੰਗਹੀਣਾਂ ਦੇ ਲਈ ਜਿਹੜੀ ਫੀਸ ਹੈ ਉਹ 500 ਰੁਪਏ ਰੱਖੀ ਗਈ ਹੈ ਠੀਕ ਹੈ ਹੁਣ ਦੇਖੋ ਤੁਸੀਂ ਇਸ ਨੂੰ ਅਪਲਾਈ ਕਿਵੇਂ ਕਰਨਾ ਹੈ ਅਪਲਾਈ ਤੁਸੀਂ ਆਨਲਾਈਨ ਕਰਨਾ ਹੈ PT Plus BD ਜਾਂ ਅਫੀਸ਼ਲ ਸਾਈਟ ਉੱਤੇ ਚਲੇ ਜਾਓ ਜਾਂ ਫਿਰ ਆਪਣੇ ਟੈਲੀਗ੍ਰਾਮ ਉੱਤੇ ਚਲੇ ਜਾਓ ਉੱਥੇ ਤੁਹਾਨੂੰ ਇਸ ਦਾ ਲਿੰਕ ਮਿਲ ਜਾਵੇਗਾ ਟੈਲੀਗ੍ਰਾਮ ਦਾ ਲਿੰਕ ਆਪਣੇ ਡਿਸਕ੍ਰਿਪਸ਼ਨ ਬਾਕਸ ਵਿੱਚ ਪਾ ਦਿੱਤਾ ਹੈ ਉੱਥੋਂ ਜਾ ਕੇ ਤੁਸੀਂ ਇਸ ਨੂੰ ਜਿਹੜਾ ਅਫੀਸ਼ੀਅਲ ਤੌਰ ਤੇ ਅਪਲਾਈ ਕਰ ਦੋ ਹੁਣ ਗੱਲ ਕਰਦੇ ਸਭ ਤੋਂ ਜ਼ਰੂਰੀ ਪਾਰਟ ਜਿਹੜਾ ਕਿ ਤੁਸੀਂ ਸਾਰੇ ਸੋਚ ਰਹੇ ਹੋਵੋਗੇ ਠੀਕ ਹੈ ਕਿ ਸਿਲੇਬਸ ਕੀ ਹੋਵੇਗਾ ਇਸ ਦਾ ਸਿਲੇਬਸ ਸੇਮ ਉਸੇ ਤਰ੍ਹਾਂ ਹੀ ਰਹਿਣ ਵਾਲਾ ਹੈ ਕਿਉਂਕਿ ਇਹ ਜਿਹੜੀ ਪੋਸਟ ਹੈ ਇਹ ਕਲਰਕ ਲੈਵਲ ਦੀ ਹੀ ਹੈ ਇਸੇ ਸੇਮ ਉਸੇ ਤਰ੍ਹਾਂ ਹੀ ਰੀਜ਼ਨਿੰਗ ਆਵੇਗੀ ਮੈਥ ਆਵੇਗਾ ਇੰਗਲਿਸ਼ ਤੇ ਪੰਜਾਬੀ ਗ੍ਰਾਮਰ ਆਵੇਗੀ ਠੀਕ ਹੈ ਕੰਪਿਊਟਰ ਆਵੇਗਾ ਕੰਪਿਊਟਰ ਦੇ ਇਲਾਵਾ ਪੰਜਾਬ ਹਿਸਟਰੀ ਐਂਡ ਕਲਚਰ ਜਿਸ ਨੂੰ ਕਿ ਆਪਾਂ ਪੰਜਾਬ ਜੀਕੇ ਕਹਿ ਦਿੰਦੇ ਆ ਉਹ ਆਵੇਗੀ ਇਸ ਤੋਂ ਇਲਾਵਾ ਇਸ ਦਾ ਵੀ ਪੈਟਰਨ ਸੇਮ ਕਲਰਕ ਵਾਂਗ 120 ਨੰਬਰ ਦਾ ਹੀ ਪੇਪਰ ਹੋਵੇਗਾ ਠੀਕ ਹੈ ਇਹ ਜਿਹੜਾ ਮੈਂ ਨੋਟੀਫਿਕੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਇੱਕ ਕਲਰਕ ਦਾ ਸਿਲੇਬਸ ਹੈ ਵੈਸੇ 2021 ਵਾਲਾ ਪਰੰਤੂ ਇਹ ਜਿਹੜੀ ਪੋਸਟ ਹੈ ਬਿਲਕੁਲ ਸੇਮ ਐਜ਼ ਕਲਰਕ ਵਾਲੀ ਹੀ ਪੋਸਟ ਹੈ ਇਸ ਕਰਕੇ ਇਸ ਦਾ ਸਿਲੇਬਸ ਹੈ ਜਿਹੜਾ ਸੇਮ ਐਜ਼ ਕਲਰਕ ਵਾਲਾ ਹੀ ਹੋਵੇਗਾ ਇਸ ਤਰ੍ਹਾਂ ਤੁਹਾਨੂੰ ਇੱਕ ਵਧੀਆ ਮੌਕਾ ਹੈ ਕਿ ਤੁਹਾਡੇ ਕੋਲ ਦੋ ਭਰਤੀਆਂ ਹਨ ਕਲਰਕ ਦੀ ਭਰਤੀ ਹੈ ਠੀਕ ਹੈ ਪਲੱਸ ਏ ਗ੍ਰਾਮ ਸੇਵਕ ਦੀ ਭਰਤੀ ਹੈ ਠੀਕ ਹੈ ਇਸ ਤੁਸੀਂ ਇੱਕ ਸਿਲੇਬਸ ਹੀ ਪੜਨਾ ਹੈ ਇਹ ਸੇਮ ਸਿਲੇਬਸ ਵਿੱਚੇ ਤੁਹਾਡੇ ਦੋਨਾਂ ਪੇਪਰਾਂ ਦੀ ਤਿਆਰੀ ਹੋ ਜਾਣੀ ਹੈ ਬਹੁਤ ਵਧੀਆ ਮੌਕਾ ਜਿਨ੍ਹਾਂ ਦਾ ਪਿਛਲੇ ਕਲਰਕ ਦੇ ਪੇਪਰ 'ਚ ਨੰਬਰ ਘਟ ਗਏ ਸੀ ਉਹ ਹੁਣ ਇਸ ਵਧੀਆ ਤਰੀਕੇ ਨਾਲ ਤਿਆਰੀ ਕਰਕੇ ਜਿਹੜਾ ਉਹ ਪੇਪਰ ਦੇ ਸਕਦੇ ਆ ਇੱਥੇ ਜਿਹੜੇ ਨੰਬਰਾਂ ਦੀ ਹੈ ਉਹ ਥੋੜੀ ਬਹੁਤੀ ਅੱਗੇ ਪਿੱਛੇ ਹੋ ਸਕਦੀ ਹੈ ਘੱਟ ਵੱਧ ਪਰੰਤੂ ਮੇਨ ਜਿਹੜੇ ਮੇਜਰ ਸਬਜੈਕਟਾਂ ਉਹੀ ਰਹਿਣਗੇ ਰੀਜ਼ਨਿੰਗ ਹੋ ਗਿਆ ਮੈਥ ਹੋ ਗਿਆ ਇੰਗਲਿਸ਼ ਪੰਜਾਬੀ ਗ੍ਰਾਮਰ ਠੀਕ ਹੈ ਜੀਕੇ ਤੁਸੀਂ ਕਰਨੀ ਹੈ ਕੰਪਿਊਟਰ ਕਰਨਾ ਹੈ ਤੁਸੀਂ ਠੀਕ ਹੈ ਤੇ ਪੰਜਾਬ ਜੀ ਕੇ ਕਰਨੀ ਹੈ ਐਸੀ ਤਰ੍ਹਾਂ ਦਾ ਸਿਲੇਬਸ ਹੈ ਜਿਹੜਾ ਦੋਹਾਂ ਵਿੱਚ ਰਹਿਣ ਵਾਲਾ ਹੈ ਦੋਹਾਂ ਵਿੱਚ ਇਦਾਂ ਦਾ ਸਿਲੇਬਸ ਰਹੇਗਾ ਹੁਣ ਗੱਲ ਕਰਦੇ ਹਾਂ ਜਿਹੜੇ ਪਹਿਲੀ ਵਾਰੀ ਪੇਪਰ ਦੇਣ ਜਾ ਰਹੇ ਹਨ ਜਿਨ੍ਹਾਂ ਨੇ ਕੋਈ ਤਿਆਰੀ ਨਹੀਂ ਕੀਤੀ ਜੇਕਰ ਤੁਹਾਨੂੰ ਨਹੀਂ ਪਤਾ ਰਹਿ ਗਿਆ ਤੁਸੀਂ ਕਿੱਥੋਂ ਪੜ੍ਹਨਾ ਹੈ ਤਾਂ ਤਾਂ ਅਸੀਂ ਤੁਹਾਨੂੰ ਜਿਹੜਾ 249 ਰੁਪਏ ਦੇ ਵਿੱਚ ਆ ਸਾਰਾ ਸਿਲੇਬਸ ਹੈ ਜੋ ਤੁਸੀਂ ਦੇਖਿਆ ਹੈ ਠੀਕ ਹੈ ਮੈਥ ਰੀਜ਼ਨਿੰਗ ਇੰਗਲਿਸ਼ ਪੰਜਾਬੀ ਗ੍ਰਾਮਰ ਜੀ ਕੇ ਕੰਪਿਊਟਰ ਪੰਜਾਬ ਹਿਸਟਰੀ ਐਂਡ ਕਲਚਰ ਇਹ ਸਾਰਾ ਸਿਲੇਬਸ ਅਸੀਂ ਤੁਹਾਨੂੰ ਸਿਰਫ ਸਿਰਫ 249 ਰੁਪਏ ਵਿੱਚ ਪ੍ਰੋਵਾਈਡ ਕਰਵਾ ਰਹੇ ਹਾਂ ਤੁਸੀਂ ਡਿਸਕ੍ਰਿਪਸ਼ਨ ਬਾਕਸ ਵਿੱਚ ਦੇਖ ਲੋ ਚਾਹੇ ਜਾਂ ਸਕਰੀਨ ਉੱਤੇ ਨੰਬਰ 148 90418 15272 ਇਸ ਨੰਬਰ ਉੱਤੇ ਤੁਸੀਂ WhatsApp ਕਰਕੇ ਜਿਹੜਾ ਇਹਨਾਂ ਦੇ ਤੁਸੀਂ PDF ਲੈ ਸਕਦੇ ਹੋ ਸਾਰੇ PDF ਜਿਹੜੇ ਤੁਹਾਨੂੰ ਮਿਲਣਗੇ ਇੰਗਲਿਸ਼ ਅਤੇ ਪੰਜਾਬੀ ਦੋਨਾਂ ਲੈਂਗੁਏਜ ਵਿੱਚ ਇਹ PDF ਮਿਲਣਗੇ ਠੀਕ ਹੈ ਬੁੱਕਸ ਦੇ PDF ਹੈ ਇਹਨਾਂ ਤੋਂ ਤੁਸੀਂ ਚੰਗੀ ਤਰ੍ਹਾਂ ਆਪਣੀ ਤਿਆਰੀ ਘਰੇ ਬੈਠ ਕੇ ਕਰ ਸਕਦੇ ਹੋ ਠੀਕ ਹੈ ਤਾਂ ਕਿ ਤੁਸੀਂ ਪੇਪਰ ਦੇਣ ਯੋਗ ਹੋ ਜੇਕਰ ਪੇਪਰ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਚੰਗੀ ਤਰ੍ਹਾਂ ਇਹ ਤਿਆਰੀ ਆਪਣੀ ਘਰਾਂ ਬੈਠ ਕੇ ਕਰ ਸਕਦੇ ਹੋ ਹੁਣੇ ਹੀ ਆਪਣੇ ਨੰਬਰ ਤੋਂ ਤੁਸੀਂ WhatsApp ਕਰ ਸਕਦੇ ਹੋ 90418 15272 ਤਾਂ ਕਿ ਤੁਹਾਨੂੰ ਇਹ ਬੁੱਕਸ ਦੇ PDF ਇਹਦੇ ਮਿਲ ਜਾਣ ਪੰਜਾਬੀ ਦੀ ਇੰਗਲਿਸ਼ ਦੋਨਾਂ ਵਿੱਚ ਹੋਣਗੇ ਸਿਰਫ ਮੈਥ ਤੇ ਰੀਜਨਿੰਗ ਨੂੰ ਛੱਡ ਕੇ ਮੈਥ ਪਲੱਸ ਰੀਜਨਿੰਗ ਇਹ ਦੋ ਹੀ ਇੰਗਲਿਸ਼ ਵਿੱਚ ਹੋਣਗੇ ਬਾਕੀ ਸਾਰਾ ਕੁਝ ਤੁਹਾਨੂੰ ਪੰਜਾਬੀ ਵਿੱਚ ਵੀ ਨਾਲ ਮਿਲ ਜਾਵੇਗਾ ਠੀਕ ਹੈ ਹੁਣ ਜਾਂਦੇ ਜਾਂਦੇ ਕਿ ਇੱਕ ਨੋਟੀਫਿਕੇਸ਼ਨ ਕਲਰਕ ਕੋਰਟ ਤੇ ਵੀ ਨਜ਼ਰ ਮਾਰ ਲਈਏ ਟੋਟਲ ਪੋਸਟਾਂ ਜਿਹੜੀਆਂ ਇਸ ਵਿੱਚ 917 ਨਿਕਲੀਆਂ ਕਲਰਕ ਦੀਆਂ ਪੋਸਟਾਂ ਠੀਕ ਹੈ ਬਹੁਤ ਜ਼ਰੂਰੀ ਹੈ ਵੀ ਤੁਸੀਂ ਦੇਖ ਲਿਓ ਇਹ ਵੀ ਤੁਹਾਡਾ ਜਿਹੜਾ 6 ਇਹ 6 5 ਦਾ ਇਹਨਾਂ ਨੇ ਅਸਥਾਈ ਦਿੱਤਾ ਸੀਗਾ 15 ਪੰਜ ਤੋਂ ਜਿਹੜਾ ਆਨਲਾਈਨ ਅਪਲਾਈ ਹੋਣਾ ਸ਼ੁਰੂ ਹੋ ਗਿਆ ਹੈ 15 6 ਤੱਕ ਇਸ ਦਾ ਆਨਲਾਈਨ ਅਪਲਾਈ ਚੱਲੇਗਾ ਠੀਕ ਹੈ ਉਸ ਦੀ ਜਿਹੜੀ ਡੇਟ ਸੀ ಗ್ರಾಮ ਸੇਵਕ ਦੀ 27 6 ਤੱਕ ਹੈ ਪਰੰਤੂ ਇਹ 15 6 ਤੱਕ ਹੈ ਠੀਕ ਹੈ 1 ਮਹੀਨੇ ਦੇ ਵਿੱਚ ਵਿੱਚ ਇਸ ਨੂੰ ਅਪਲਾਈ ਤੁਸੀਂ ਕਰ ਲੈਣਾ ਹੈ ਠੀਕ ਹੈ ਇਸ ਦੀ ਅੱਗੇ ਗੱਲ ਕਰਦੇ ਹਾਂ ਕੀ ਕੀ ਇਸ ਵਿੱਚ ਇਹ ਤੁਸੀਂ ਦੇਖ ਲਵੋ ਗਰੁੱਪ ਸੀ ਦੀਆਂ 917 ਪੋਸਟਾਂ ਜਿਹੜੀਆਂ ਇਹ ਬਣਦੀਆਂ ਨੇ ਇਹ ਤੁਸੀਂ ਸਾਰਾ ਦੇਖ ਸਕਦੇ ਹੋ ਪੀਡੀਐਫ ਵਿੱਚ ਤੁਸੀਂ ਦੇਖ ਲਿਓ ਟੋਟਲ ਕਿਹੜੇ ਕਿਹੜੇ ਡਿਪਾਰਟਮੈਂਟ ਵਿੱਚ ਹਨ ਇੱਥੇ ਜ਼ਿਆਦਾਤਰ ਜਿਹੜੀਆਂ ਪੋਸਟਾਂ ਨੇ ਉਹ 738 ਦੇ ਕਰੀਬ ਪੋਸਟਾਂ ਜਿਹੜੀਆਂ ਉਹ ਸਹਿਕਾਰੀ ਬੈਂਕ ਦੀਆਂ ਨੇ ਠੀਕ ਹੈ ਇਹ ਹੈ ਸਹਿਕਾਰੀ ਬੈਂਕ ਲਿਮਟਿਡ ਦੀਆਂ 738 ਪੋਸਟਾਂ ਟੋਟਲ ਜ਼ਿਆਦਾਤਰ ਇੱਥੇ ਦੀਆਂ ਹੀ ਪੋਸਟਾਂ ਹਨ ਬਾਕੀ ਪੋਸਟਾਂ ਹੋਰ ਹੋਰ ਡਿਪਾਰਟਮੈਂਟਾਂ ਦੀਆਂ ਵੀ ਨੇ ਠੀਕ ਹੈ ਇਹ ਤੁਸੀਂ ਵਧੀਆ ਤਰੀਕੇ ਨਾਲ ਇਹ ਵੀ ਭਰਨਾ ਹੈ ਕਿਉਂਕਿ ਇੱਕ ਅਜਿਹੀ ਨੌਕਰੀ ਹੈ ਜਿਹੜੀ ਕਿ ਤੁਸੀਂ ਆਸਾਨੀ ਨਾਲ ਹਾਸਲ ਕਰ ਸਕਦੇ ਹੋ ਇਸ ਦੀ ਵੀ ਸੈਲਰੀ ਜਿਹੜੀ ਇਹ ਹੈ 19900 ਹੈ ਕਿਉਂਕਿ ਪੋਸਟਾਂ ਜ਼ਿਆਦਾ ਹੈ ਬਾਕੀ ਭਾਰਤਿਆਂ ਨੂੰ ਤੁਹਾਨੂੰ ਪਤਾ ਹੀ ਹੈ ਤੁਸੀਂ ਪਿੱਛੇ ਦੇਖ ਲਿਆ ਕੰਪੀਟੀਸ਼ਨ ਕਿੰਨਾ ਜ਼ਿਆਦਾ ਹੈ ਠੀਕ ਹੈ ਇਸ ਵਿੱਚ ਤੁਹਾਨੂੰ ਦੇਖ ਲਓ ਤੁਸੀਂ ਕੀ ਹੈ ਬੈਚਲਰ ਡਿਗਰੀ ਹੈ ਤੁਹਾਡੇ ਕੋਲ ਬੈਚਲਰ ਡਿਗਰੀ ਤੁਸੀਂ ਪਾਸ ਕੀਤੀ ਹੋ हां ਹੁਣ ਇੱਥੇ ਜਿਹੜਾ ਤੁਹਾਡਾ ਉਹ ਆਈਐਸਓ ਵਾਲਾ ਉਹ ਚੱਲੇਗਾ ਠੀਕ ਹੈ ਆਈਐਸਓ ਇਹਨਾਂ ਨੇ ਸਾਫ਼ ਲਿਖ ਦਿੱਤਾ ਇੱਥੇ ਆਈਐਸਓ ਵਾਲਾ ਜਿਹੜਾ ਤੁਹਾਡਾ 120 ਘੰਟੇ ਦਾ ਉਹ ਇੱਥੇ ਚੱਲੇਗਾ ਉਹ ਤੁਸੀਂ ਜਿਵੇਂ ਪਿਛਲੀ ਵਾਰੀ ਅਪਲਾਈ ਕੀਤਾ ਸੀ ਉਸੇ ਤਰ੍ਹਾਂ ਹੀ ਆਈਐਸਓ ਵਾਲਾ ਅਪਲਾਈ ਕਰਨਾ ਹੈ ਉਮਰ ਇਸ ਦੀ ਵੀ ਸੇਮ ਹੀ ਹੈ 18 ਤੋਂ 37 ਸਾਲ ਸੇਮ ਜਿਸ ਤਰ੍ਹਾਂ ਗ੍ਰਾਮ ਸੇਵਕ ਦੀ ਹੈ ਉਹੀ ਸੇਮ ਇਹਨਾਂ ਦੀ ਫੀਸਾਂ 1250 200 500 ਜਿਹੜੇ ਜਿਹੜੇ ਕੈਟਾਗਰੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਉਸੇ ਤਰ੍ਹਾਂ ਹੀ ਹੈ ਠੀਕ ਹੈ ਇਸ ਨੂੰ ਵੀ ਤੁਸੀਂ ਕਿਵੇਂ ਅਪਲਾਈ ਕਰਨਾ ਹੈ ਪੀਟੀ ਪਲੱਸ ਵੀ ਦੀ ਜਾਂ ਆਫੀਸ਼ੀਅਲ ਸਾਈ ਠੀਕ ਹੈ ਜਾਂ ਫਿਰ ਆਪਾਂ ਟੈਲੀਗ੍ਰਾਮ ਉੱਤੇ ਇਸ ਦਾ ਲਿੰਕ ਪਾ ਦੇਵਾਂਗੇ ਟੈਲੀਗ੍ਰਾਮ ਦਾ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਉੱਥੇ ਤੁਸੀਂ ਜਾ ਕੇ ਇਸ ਨੂੰ ਅਪਲਾਈ ਕਰ ਸਕਦੇ ਹੋ ਠੀਕ ਹੈ ਇਸੇ ਤਰ੍ਹਾਂ ਹੀ ਹੋਰ ਭਰਤੀਆਂ ਸੰਬੰਧੀ ਜੇਕਰ ਤੁਸੀਂ ਚੰਗੀ ਤਰ੍ਹਾਂ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਿਉਂਕਿ ਇਸ ਉੱਤੇ ਅਸੀਂ ਤੁਹਾਡੇ ਖਾਤਰ ਹਮੇਸ਼ਾ ਹੀ ਇਦਾਂ ਲੇਟੈਸਟ ਨਿਊਜ਼ ਅਤੇ ਅਪਡੇਟ ਲੈ ਕੇ ਆਉਂਦੇ ਰਹਿਾਂਗੇ ਤਾਂ ਕਿ ਤੁਸੀਂ ਚੰਗੀ ਤਰ੍ਹਾਂ ਆਪਣੀ ਤਿਆਰੀ ਜਿਹੜੀ ਕਰ ਸਕੋ ਠੀਕ ਹੈ ಗ್ರಾಮ ਸੇਵਕ ਦੀ ਜਿਹੜੀ ਗੱਲ ਕਰਦੇ ਹਾਂ ಗ್ರಾಮ ਸੇਵਕ ਦੀ ಗ್ರಾಮ ਸੇਵਕ ਦੀ ਜਿਹੜੀ ਜੀਕੇ ਦੀ ਅਤੇ ਕ ਅਤੇ ਗ੍ਰਾਮ ਸੇਵਕ ਦੀ ਜੀਕੇਈ ਤਿਆਰੀ ਹੋਵੇਗੀ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਵਾ ਲਿਓ ਇਸ ਤੋਂ ਇਲਾਵਾ ਸਾਡੇ ਟੈਲੀਗ੍ਰਾਮ ਅਤੇ ਇੰਸਟਾਗ੍ਰam ਦੋਹਾਂ ਨੂੰ ਜਰੂਰ ਜੁਆਇਨ ਕਰ ਲਿਓ ਇਹਨਾਂ ਦੇ ਲਿੰਕ ਡਿਸਕ੍ਰਿਪਸ਼ਨ ਬਾਕਸ ਚ ਹਨ ਤਾਂ ਕਿ ਤੁਸੀਂ ਹਰ ਇੱਕ ਅਪਡੇਟ ਆਪਣੇ ਤੱਕ ਤੁਹਾਡੇ ਤੱਕ ਪਹੁੰਚਦਾ ਰਹੇ ਅੱਜ ਦੀ ਵੀਡੀਓ ਚ ਹੋਣਾ ਨਹੀਂ ਧੰਨਵਾਦ